अरमानी रहीम, अस्सलाम वालेकुम। कैसे हैं मेरे बहन भाई? उम्मीद करती हैं कि मेरे बहन भाई सब खुश होंगे, आबाद होंगे। अल्लाह ताला मेरे बहन भाई खुश रखे, आबाद रखे। इसी पैरी सी दुआ ਦੇ ਨਾਲ ਅੱਜ ਦੇ ਵਲੌਗ ਦਾ ਕਰ ਦੀਆਂ ਗਾ। ਜਿੰਨਾ ਮੇਰੇ ਬਹਿਣ ਭਾਈ ਨੇ ਨਸੀਮ ਆਪੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ, ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਬਰ ਵਕਤ ਮੇਰੇ ਬਹਿਣ ਭਾਈਆਂ ਤੱਕ ਪਹੁੰਚਦੀ ਰਹੇ। ਬਾਕੀ ਮੇਰੇ ਭੈਣ ਭਾਈ ਵੀਡੀਓ ਦੇ ਨਾਲ ਜੁੜੇ ਰਹੀਓ, ਵੀਡੀਓ ਦੇ ਬਾਕੀ ਜਿਹੜੇ ਵੀ ਸੀਨ ਹੋਣਗੇ ਆਪਣੇ ਪਿਆਰੇ ਪਿਆਰੇ ਭੈਣ ਭਾਈਆਂ ਦੇ ਨਾਲ ਸ਼ੇਅਰ ਕਰਦੇ ਰਹੋ। ਅੱਛਾ ਜੀ, ਮਾਸ਼ਾਅੱਲਾ ਆ ਗਏ ਅਸੀਂ ਦਰਿਆ ਤੇ ਬੱਚੇ ਕਹਿੰਦੇ ਅਸੀਂ ਦਰਿਆ ਦੇਖਣਾ ਤੇ ਮਾਮੂ ਨੇ ਖੜੀ ਕਰ ਲਈ ਦਰਿਆ ਦਿਖਾਉਣ ਵਾਸਤੇ ਤੇ ਸਵੇਰਾ ਬੇਟੀ ਤਾਂ ਕਰਨ ਦਈ ਹੈ। ਸਵੇਰਾ ਬੇਟੀ ਜਾਂਦੀ ਅੰਦਰ ਗੱਡੀ 'ਚ ਪੈ ਗਈ, ਕਹਿੰਦੀ ਅਸੀਂ ਨਹੀਂ ਵੇਖਣਾ ਤੇ ਮਾਸ਼ਾਅੱਲਾ ਦੇਖੋ ਦਰਿਆ ਨੀਚੇ ਵੇਖ ਖੌਫ ਹੁੰਦਾ ਬਹੁਤ ਜ਼ਿਆਦਾ। ਦੇਖੋ ਪਾਣੀ ਪਾਣੀ, ਉਹ ਕਿਸ਼ਤੀ ਵਾਲਾ ਖੜਿਆ ਵਾ ਤੇ ਮਾਮੂ ਕਹਿੰਦੇ ਬੇਟਾ ਚੂੜਾ ਲੈਣਾ ਤੇ ਆ ਜਾਓ ਕਿਸ਼ਤੀ 'ਚ। ਫਿਰ ਮੈਂ ਕਹਿੰਦੀ ਨਹੀਂ, ਸਵੇਰਾ ਤੁਸੀਂ ਪੂਰਾ ਹੁਣ ਕਰੋ। ਇੱਧਰ ਵੀ ਦਰਿਆ ਵਾ ਸਾਰਾ, ਉਹ ਕਿੱਥੇ ਕਿੱਧਰ ਕਿੰਦਰਿਆ, ਇੱਧਰ ਵੀ ਦਰਿਆ ਹੀ ਆ। ਬੱਚਿਆਂ ਇੰਜੋਏ ਕਰਨ ਦੇ ਇੱਧਰ ਆਇਓ ਹੁੰਦਾ ਬੇਟਾ, ਕਿਤੋਂ ਕਿਤੋਂ ਡੂੰਘਾ ਵੀ ਹੁੰਦਾ। ਬੱਚੇ ਇੰਜੋਏ ਕਰਨ ਦੇ ਬਹੁਤ ਜ਼ਿਆਦਾ, ਪਤਾ ਹੋਵੇ ਤੰਦਰੁਸਤੀ ਦੇਵੇ ਇਹਨਾਂ ਦੇ ਮਨ ਨੂੰ। ਬੇਟੀ ਗੱਡੀ 'ਚ ਹੋਰ ਪਾਣੀ ਦੇਖਿਆ ਚੜ੍ਹਨ ਲੱਗ ਪਈ, ਉਹਨੂੰ ਗੱਡੀ 'ਚ ਭਾਲਤਾ ਤੇ ਬਾਕੀ ਬੱਚੇ ਸਾਰੇ ਦੂਸਰੇ ਦੇਖਣ ਦੇ। ਮਾਸ਼ਾਅੱਲਾ ਬੱਚੇ ਮਜ਼ਾ ਆ ਰਿਹਾ ਇੰਜੋਏ ਕਰਨ ਤੇ? ਚਲੋ ਠੀਕ ਆ। ਭਾਈ ਨੇ ਗੱਡੀ ਰੋਕੀ, ਕਹਿੰਦੇ ਬੱਚੇ ਝੂਲੇ ਲੈ ਲੈਣ, ਇੰਜੋਏ ਕਰ ਲੈਣ ਤੇ ਦੇਖੋ ਬੱਚੇ ਝੂਲੇ ਲੈਂਦੇ ਆ, ਬੱਚੇ ਬਹੁਤ ਖੁਸ਼ ਆ। ਆ ਗਿਆ ਇੱਧਰ ਜਮਸ਼ੇਦ ਬੇਟਾ ਤੇ ਹਾਨੀਆਂ, ਆ ਦੇਖ ਬੱਚੇ ਬਹੁਤ ਖੁਸ਼ ਆ। ਇੱਧਰ ਸਵੇਰਾ ਬੇਟੀ ਆ ਗਈ, ਬੱਚੇ ਬਹੁਤ ਖੁਸ਼ ਆ ਇੰਜੋਏ ਕਰਨ ਦੇ। ਸਵੇਰਾ ਹਾਦੀ ਸੀ ਬੇਟਾ, ਇਹਨਾਂ ਦੇਖ ਆਪਣਾ ਦੂਸਰੇ ਲੈ ਲਓ, ਇੱਧਰ ਆਵੇ ਕਿੰਨੇ ਪੈਰੇ ਝੂਲੇ ਹੋਰ ਵੀ। ਆਹ ਦੇਖ ਆਹ ਦੋ, ਉਹ ਦੋ ਜਣੇ ਉੱਧਰ ਸਾਰੇ ਬਹਿ ਕੇ ਲੈ ਸਕਦੇ, ਉੱਧਰ ਉਸ 'ਤੇ ਬਹਿ ਲਓ। ਇੱਧਰ ਸਵੇਰਾ ਬੇਟਾ, ਇੱਧਰ ਸਵੇਰਾ, ਉਹ ਝੂਲੇ ਲਓ ਸਾਰੇ ਉਸ ਝੂਲੇ 'ਤੇ। ਮਾਸ਼ਾਅੱਲਾ ਝੂਲੇ ਲੱਗੇ ਹੋਏ, ਬੱਚੇ ਬਹੁਤ ਖੁਸ਼ ਆ। ਜਮਸ਼ੇਦ ਸਾਮੀਆਂ 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 ਦੇਖੋ, ਸਾਮੀਆਂ ਬਹੁਤ ਖੁਸ਼ ਆ। ਹਾਨੀਆਂ ਹਾਦੀਆ ਬੇਟੀ ਵੀ ਆ ਗਈ, ਮਾਸ਼ਾਅੱਲਾ ਜਮਸ਼ੇਦ ਬੇਟਾ ਤੇ ਹਾਦੀਆ ਇੱਧਰ ਝੂਲੇ ਲੈਣ ਲੱਗੇ। ਬੱਚਿਆਂ ਨੂੰ ਬਸ ਝੂਲੇ ਬੰਨ ਸਵੰਨੇ, ਬੱਚਿਆਂ ਨੂੰ ਹੁਣ ਸਕੂਨ ਨਹੀਂ ਆਉਂਦਾ, ਇੱਕ ਝੂਲੇ 'ਤੇ 2 ਮਿੰਟ ਲੈਂਦੇ ਫਿਰ ਦੂਸਰੇ 'ਤੇ ਬਹਿ ਜਾਂਦੇ। ਤੁਸੀਂ ਇੱਥੇ ਬਹਿ ਕੇ ਲੈ ਲਓ, ਲਓ ਸਹੀ। ਮਾਮੂ ਨੇ 2 ਮਿੰਟ ਗੱਡੀ ਰੋਕੀ, ਇੰਜੋਏ ਕਰੋ ਗੱਡੀ। ਉਹ ਭਾਈ ਨੇ ਸ਼ਾਮੇ ਲਾ ਦਿੱਤੀ ਪਹਿਲਾਂ ਦਰਿਆ 'ਤੇ, ਥੋੜ੍ਹਾ ਜਿਹਾ ਸੈਲ ਕਰਾਇਆ ਬੱਚਿਆਂ ਨੂੰ। ਭਾਈ ਕਹਿੰਦੇ ਸੀ ਕਿਸ਼ਤੀ 'ਤੇ ਲੈ ਲਓ ਝੂਟੇ, ਮੈਂ ਕਿਹਾ ਨਹੀਂ ਵੀਰੇ ਬਸ। ਬੱਚੇ ਡਰਦੇ ਸੀ ਦਰਿਆ ਦੇਖ ਕੇ, ਝੂਲਿਆ 'ਤੇ ਖੁਸ਼ ਹੋ ਗਏ ਬੱਚੇ।
ਸਵੇਰਾ ਬੇਟੀ ਸਾਮੀਆਂ ਇੱਥੋਂ ਲੈਣ ਲੱਗ ਪਈਆਂ। ਬੱਚੇ ਕਹਿ ਰਹੇ ਮੰਮਾ ਵਾਸ਼ਰੂਮ ਜਾਣਾ। ਹਾਨੀਆਂ ਹਾਨੀਆਂ ਮਜ਼ਾ ਆ ਰਿਹਾ ਬੇਟੇ? ਹਾਂਜੀ ਹਾਨੀਆਂ ਬੇਟੀ ਬਹੁਤ ਖੁਸ਼ ਆ, ਕਹਿੰਦੀ ਮੰਮਾ ਮਜ਼ਾ ਆ ਰਿਹਾ, ਬੱਚੇ ਸਾਰੇ ਖੁਸ਼ ਹਾਨੀਆਂ ਬੇਟੀ ਚੁਰ ਆ ਜਾਓ ਬੇਟਾ ਵਾਸ਼ਰੂਮ ਜਾਣਾ ਤੇ ਆ ਜਾਓ ਗੱਡੀ ਖੜੀ ਮਾਂ ਨਹੀਂ ਵਾਸ਼ਰੂਮ ਨਹੀਂ ਜਾਣਾ। ਮਾਸ਼ਾਅੱਲਾ ਪਾਰਕ ਇੱਥੇ ਬਹੁਤ ਪਿਆਰਾ ਬਣਿਆ ਹੋਇਆ, ਦੇਖੋ ਗੱਡੀ ਉਹ ਖੜੀ ਹੈ ਸ਼ਾਮੀ। ਬੱਚਿਆਂ ਨੂੰ ਕਹਿੰਦੇ ਝੂਲੇ ਥੋੜ੍ਹੇ ਜਿਹੇ ਦਵਾ ਦਈਏ ਨਾਲੇ ਵਾਸ਼ਰੂਮ ਚੱਲ ਜਾਣਗੇ। ਇੱਧਰ ਝੂਲੇ ਮਾਸ਼ਾਅੱਲਾ ਸਾਰੇ ਲੱਗੇ। ਹਾਂਜੀ ਚਲੋ ਬੇਟਾ ਸ਼ਾਬਾਸ਼। ਸਾਮੀਆਂ ਨੇ ਪਾਣੀ ਪਿਲਾਓ ਬੇਟਾ। ਸਾਮੀਆਂ ਬੇਟੀ ਕਹਿੰਦੀ ਪਾਣੀ ਪੀਣਾ ਵਾ, ਵਾਸ਼ਰੂਮ ਬੱਚਿਆਂ ਨੇ ਕਰ ਲਿਆ ਅਤੇ ਬੱਚੇ ਹੁਣ ਜਾ ਰਹੇ ਫਿਰ ਝੂਲਿਆਂ 'ਤੇ। ਸਾਮੀਆਂ ਮੈਂ ਪਿਲਾਉਂਦੀ ਪਾਣੀ, ਬੇਟੇ ਇੱਧਰ ਆਓ। ਪਾਣੀ ਕਿੱਦਾਂ ਪੀਣਾ? ਪਾਣੀ ਬੇਟਾ ਹੱਥ ਪੀਂਦੇ ਮੁੱਕ ਲੈਂਦੇ, ਚਿਹਰਾ ਸਾਰਾ ਤੱਪ ਗਿਆ। ਹਾਏ ਹਾਏ ਮੰਮਾ ਤੇ ਹੁਣ ਏਸੀ ਦੇ ਮਜ਼ੇ ਲੈਂਦੀ ਪਈ ਆ, ਹੁਣ ਮਾਰਾ ਕਿ ਨਿਕਲੇ ਮੂੰਹ ਤਫ ਗਿਆ ਮੰਮਾ ਦਾ। ਮਾਮਾ ਦੇ ਹੱਥ 'ਚ ਕੜੀ ਨਹੀਂ ਪੈਣ ਲੱਗਣ ਦੀ। ਕਹਿੰਦੀ ਮੇਰਾ ਮੇਕਅਪ ਖਰਾਬ ਨਾ ਹੋ ਜਾਵੇ। ਮੈਂ ਪਿਆਸ ਲੱਗੀ, ਮਾਮੂ ਕੋਲ ਪੁੱਛੋ ਪਾਣੀ ਕਿੱਥੇ। ਉਹ ਤਾਂ ਮਾਮੂ ਦੀ ਛੋਟੀ ਮਾਮੂ ਨੇ ਆਪਣੇ ਵਾਸਤੇ ਲਈ ਹੈ ਪਾਣੀ ਵੀ। ਨਹੀਂ ਪਾਣੀ ਤਾਂ ਹੋਰ ਨਾ ਮੰਮਾ, ਮੈਂ ਤਾਂ ਮੂੰਹ ਧੋਤਾ ਬੱਚਿਆਂ ਨੇ ਤੇ ਵਾਸ਼ਰੂਮ ਗਏ ਬੱਚੇ, ਤੂੰ ਹੁਣ ਪਾਣੀ ਲੈ ਆਓ, ਪਾਣੀ ਪੀ ਬੱਚਿਆਂ ਨੂੰ ਪਿਆ ਲੈ। ਸਾਮੇ ਬੇਟੀ ਝੂਲੇ ਲਏ ਨਾਲੇ ਥੋੜ੍ਹਾ ਜਿਹਾ ਬੱਚੇ ਖੁਸ਼ ਹੋ ਗਿਆ ਹੀ ਹੁੰਦਾ ਬੱਚਿਆਂ ਨੂੰ ਵਾਸਤੇ। ਖੁਸ਼ ਰੱਖਿਆ ਮਾਮੂ ਸਾਡੇ, ਇਹਨਾਂ ਦੇ ਮਾਮੂ ਮੇਰੇ ਮਾਮੂ ਜਿੱਦਾਂ ਸਾਰਾ ਖੁਸ਼ ਰੱਖੇ ਤੇ ਇਜਾਫਾ ਕਰੇ। ਪਤਾ ਜਦੋਂ ਮੇਰੇ ਬੱਚਿਆਂ ਨੂੰ ਖੁਸ਼ੀਆਂ ਦਿੱਤੀਆਂ, ਕਿਉਂਕਿ ਮੈਂ ਇਕੱਲੀ ਬੱਚਿਆਂ ਨੂੰ ਲੈ ਕੇ ਬਾਪ ਤੋਂ ਬਗੈਰ ਕਿਤੇ ਇਹਨਾਂ ਨੂੰ ਜਾ ਨਹੀਂ ਸਕਦਾ ਤੇ ਇਹਨਾਂ ਦੇ ਮਾਮੂ ਨੂੰ ਵੀ ਤੇ ਮੇਰੇ ਮਾਮੂ ਨੂੰ ਵੀ ਜਿਹਨਾਂ ਨੇ ਮੇਰੇ ਬੱਚਿਆਂ ਦਾ ਸੋਚਿਆ ਚੱਲ ਜੋ। ਉਹ ਕਹਿੰਦੇ ਨੇ ਜਿਹਨੇ ਜਤੀਮ ਦੇ ਸਿਰ 'ਤੇ ਹੱਥ ਰੱਖਿਆ ਅੱਲਾ ਤਾਲਾ ਦਾ ਰਸੂਲ ਅਤੇ ਅੱਲਾ ਤਾਲਾ ਦੀ ਦਾਤ ਖੁਸ਼ ਹੁੰਦੀ ਅਤੇ ਇੰਨਾ ਸੋਹਣਾ ਤੰਦਰੁਸਤੀ ਦੇਵੇ ਮੇਰੇ ਬੱਚਿਆਂ ਦਾ। ਮੇਰੇ ਇਹਨਾਂ ਦੇ ਮਾਮੂ ਨੇ ਮੇਰੇ ਮਾਮੂ ਨੇ ਸੋਚਿਆ ਚਲੋ ਅਸੀਂ ਆ ਗਏ, ਇਹਨਾਂ ਦੀ ਵਜ੍ਹਾ ਤੋਂ ਨਹੀਂ ਕਿੱਥੋਂ ਮੈਂ ਇਕੱਲੀ ਨਹੀਂ ਇਹਨਾਂ ਨੂੰ ਕਿੱਥੇ ਲੈ ਕੇ ਜਾਣਾ। ਅੱਛਾ ਬੇਟਾ ਇੱਕ ਮਿੰਟ ਪਾਣੀ ਪੀ ਲਓ, ਬਾਕੀ ਮੈਂ ਪਾਣੀ ਪੀ ਲਓ। ਸੇਕ ਬਹੁਤ ਬੇਟਾ ਲੱਗੀ ਹੁੰਦੀ ਨਾ ਅੰਦਰ, ਬੱਚੇ ਖੁਸ਼ ਹੋ ਕੇ ਬੈਠੇ ਨੇ ਬਾਹਰ, ਸਗੋਂ ਸੇਕ ਲੱਗਦਾ ਚੰਗੀ ਲੱਗਦੀ।
ਆਪਣੇ ਮਾਮੂ ਦੇ ਘਰ, ਇਹ ਮਾਮੂ ਦਾ ਕਿਚਨ, ਜਾਨੀ ਕਿ ਨਾਨੀ ਨਾਲ ਵੀ ਤਾਰੀਫ ਕਰਾਉਂਦੀ, ਨਾਨੀ ਹਜੇ ਥੋੜ੍ਹਾ ਜਿਹਾ ਆਰਾਮ ਕਰਦੇ ਪਏ ਅਤੇ ਮੈਂ ਜਗਾਇਆ ਨਹੀਂ ਗਿਆ, ਮੈਂ ਕਿਹਾ ਚਲੋ ਨਾਨੀ ਆਰਾਮ ਕਰਨ, ਅਤੇ ਨਾਨੀ ਹਜੇ ਆਰਾਮ ਕਰਦੇ, ਮਾਮੀ ਦਾ ਕਿਚਨ ਮਾਸ਼ਾਅੱਲਾ ਦੇ ਸਕਦੇ, ਬਹੁਤ ਪਿਆਰਾ ਕਿਚਨ ਬਣਾਇਆ ਮਾਸ਼ਾਅੱਲਾ ਦੇ ਸਕਦੇ। ਇਹ ਵਾਲਾ ਹੈ ਮਾਮੀ ਦਾ ਕਿਚਨ, ਮਾਸ਼ਾਅੱਲਾ ਇਹ ਮਾਮੀ ਦਾ ਕਿਚਨ ਬਹੁਤ ਪਿਆਰਾ, ਛੋਟਾ ਜਿਹਾ ਬਾਰ ਬਾਰ ਖਲੋਕਦਾ ਨਹੀਂ ਮਾਸ਼ਾਅੱਲਾ। ਮਾਮੀ ਦਾ ਕਿਚਨ ਹੈ ਮਾਸ਼ਾਅੱਲਾ, ਬਹੁਤ ਪਿਆਰਾ ਵਾ, ਮੈਨੂੰ ਤਾਂ ਬਹੁਤ ਪਸੰਦ ਆਇਆ ਛੋਟਾ ਜਿਹਾ। ਮੇਰਾ ਹੈਗਾ ਬਰਾਂਡੇ 'ਚ, ਅਤੇ ਇੱਦਾਂ ਲੋਕ ਹੋਵੇ ਨਾ ਛੋਟਾ ਜਿਹਾ, ਇੱਦਾਂ ਦਾ ਬਹੁਤ ਪਿਆਰਾ ਲੱਗਦਾ, ਇੱਕ ਪਾਸੇ ਖਰਾਰਾ ਸੇਵ ਹੋਵੇ। ਅਤੇ ਬਾਕੀ ਮਾਮੂ ਇਹਨਾਂ ਦਾ ਸਾਈਡ 'ਤੇ ਮਾਲ ਰੱਖਿਆ ਵਾ, ਇੱਕ ਗਾਏ ਰੱਖੀ ਦੁੱਧ ਵਾਸਤੇ, ਇਹ ਮਾਮੀ ਹੋਣਾਂ ਦਾ ਸਾਈਡ 'ਤੇ ਹੱਥਾ, ਜਿੰਨੀ ਕਿ ਮਾਲ ਮੂਲ ਰੱਖਿਆ ਵਾ। ਅਤੇ ਸਾਹਮਣੇ ਮਾਸ਼ਾਅੱਲਾ ਦੇਖੋ ਸੂਰਜ ਗਰੂਬ ਹੋ ਰਿਹਾ, ਬਹੁਤ ਪਿਆਰਾ ਨਜ਼ਾਰਾ, ਅਤੇ ਨਾਲ ਇੱਥੇ ਫਸਲ ਸਾਹਮਣੇ ਨਜ਼ਰ ਆਉਂਦੀ, ਛੋਟੀ ਛੋਟੀ ਕੰਧ ਆ, ਛੋਟੀ ਛੋਟੀ ਦੀਵਾਰ 'ਤੇ ਤੋਰੀਆਂ ਲੱਗੀਆਂ, ਮਾਸ਼ਾਅੱਲਾ ਤੋਰੀਆਂ ਦੀ ਸਬਜ਼ੀ ਲੱਗੀ ਹੋਈ, ਜਿੰਨੀ ਕਿ ਕਾਫੀ ਜਾਨੀ ਕਿ ਇੱਕ ਦੁਆੜਾ ਲੱਗਦਾ ਜਿੱਥੇ ਤੋਰੀਆਂ ਲਾਈਆਂ ਹੋਈਆਂ ਮਾਸ਼ਾਅੱਲਾ। ਅਤੇ ਹਾਦੀ ਬੇਟੀਆਂ ਹੁਣ ਆਦੀਆਂ ਬੇਟੀ ਹੁਣਾਂ ਨੂੰ ਗਰਮੀ, ਆਦੀਆਂ ਇੱਧਰ ਇਹਨਾਂ ਨੂੰ ਗਰਮੀ ਲੱਗਦੀ ਸੀ, ਇਹਨਾਂ ਨੇ ਆ ਕੇ ਮੈਕਸੀਆਂ ਉਤਾਰ ਦਿੱਤੀਆਂ, ਦੂਸਰੇ ਕੱਪੜੇ ਪਾ ਲਏ, ਅਤੇ ਸਵੇਰਾ ਬੇਟੀ ਨੇ ਵੀ ਲਾਉਣ ਦੇ ਪਾ ਲਏ। ਹਾਂਜੀ ਹਾਂਜੀ ਬੇਟਾ, ਕਿੰਦਾ ਮਾਮੂ ਮੇਰੀ ਨਾਨੀ ਘਰ, ਮਾਮੂ ਘਰ ਇੰਜੋਏ ਕਰਦੇ ਪਏ? ਹੈ ਆਦੀਆਂ ਬੇਟਾ, ਠੀਕ ਲੱਗਦਾ ਪਿਆ? ਹਾਂਜੀ ਅਤੇ ਠੀਕ ਆ। ਕਿਚਨ ਪਹਿਲਾਂ ਤਾਂ ਮੈਂ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕੀਤਾ, ਦੂਸਰਾ ਘਰ ਵੀ ਕਰਾਨੀ। ਬਾਕੀ ਇੱਥੇ ਮੰਮੀ ਆ, ਤੁਸੀਂ ਇੱਥੇ ਖਾਣਾ ਦੁਪਹਿਰ ਨੂੰ ਬਣਾਉਂਦੇ? ਹਾਂ ਬੇਟਾ, ਕਿਚਨ ਦੇ ਵਿੱਚ, ਕਿਚਨ ਵਿੱਚ ਗਰਮੀ ਹੁੰਦੀ ਹੈ। ਮੰਮੀ ਮੈਨੂੰ ਤੁਹਾਡਾ ਕਿਚਨ ਬਹੁਤ ਪਸੰਦ ਆਇਆ ਮਾਸ਼ਾਅੱਲਾ, ਬਹੁਤ ਪਿਆਰਾ ਬਣਿਆ। ਮੇਰਾ ਬਰਾਂਡੇ ਵਿੱਚ ਨਾ ਮੈਂ ਕਾਲਾ ਪੱਥਰ ਲਵਾਇਆ ਹੋਇਆ, ਉਹ ਜਾਨੀ ਕਿ ਬਰਾਂਡੇ ਵਿੱਚ ਜਾਨੀ ਕਿ ਖੁੱਲ੍ਹਾ ਡੋਰ ਲਵਾਉਣੀ, ਆਸਾ ਆਸਾ ਲਵਾਉਂਗੀ। ਇਹ ਮੈਨੂੰ ਬਹੁਤ ਪਸੰਦ ਆਇਆ ਛੋਟਾ ਜਿਹਾ ਡੱਬੀ, ਉਹ ਬਰਾਂਡੇ ਵਿੱਚ ਬਣਾਇਆ ਇੱਕ ਪਾਸੇ, ਉਹ ਮੇਰਾ ਵੀ ਬਹੁਤ ਵਾਸਤੇ ਤਾਂ ਬੇਟਾ ਸਹੀ, ਮੇਰਾ ਵੀ ਬਹੁਤ ਪਿਆਰਾ ਲਈ, ਸਰਦੀਆਂ ਨੇ ਲਈ, ਉਹ ਹੌਲੀ ਹੌਲੀ ਡੋਰ ਤਾਂ ਮੈਨੂੰ ਪਸੰਦ ਆਇਆ ਤੁਹਾਡਾ ਬਣਿਆ, ਇਨਸ਼ਾਅੱਲਾ ਆਸਾ ਆਸਾ ਮੰਮੀ ਅੱਲਾ ਦੀ ਉਹਦੇ ਨਾਲ। ਅਤੇ ਇੱਕ ਆਹ ਕਮਰਾ ਮੰਮੀ ਹੋਣਾਂ ਦਾ ਮਾਸ਼ਾਅੱਲਾ ਬਹੁਤ ਪਿਆਰਾ, ਇੱਕ ਉਹ ਨਾਲ ਦਾ, ਅਤੇ ਨਾਲ ਵਾਸ਼ਰੂਮ ਪਰਾ ਬੈਠਕ, ਅਤੇ ਆਹ ਮਾਮੀ ਹੋਣਾਂ ਦਾ ਘਰ ਆ, ਜਾਨੀ ਕਿ ਚਾਰ ਪਾਈਆਂ ਡਈਆਂ। ਇਹ ਮੇਰੇ ਨਾਨੀ ਅੰਮੀ ਜੀ, ਹਾਂਜੀ ਨਾਨੀ ਜੀ ਕਿਵੇਂ, ਠੀਕ ਰਹਿੰਦੇ? ਠੀਕ ਰਹਿੰਦੇ ਹਾਂ। ਹਾਂਜੀ ਇਹ ਮੇਰੇ ਨਾਨੀ ਅੱਲਾ ਮੀਆਂ, ਤੰਦਰੁਸਤੀ ਦੇਵੇ, ਜ਼ਿੰਦਗੀ ਕਰੇ ਨਾਨੀ ਨੂੰ ਸਾਡੀਆਂ। ਨਾਨੀ ਪੋਤੀ ਰੋਈਆਂ, ਇੱਕ ਦੂਜੀ ਦੇ ਗੱਲ ਆ ਕੇ ਨਾਨੀ ਮੇਰੀ ਬਹੁਤ ਰੋਈ ਆ, ਮੈਂ ਵੀ ਬਹੁਤ ਰੋਈ, ਬਾਬਾ ਅਰਸੇ ਬਾਅਦ ਨਾਨੀ ਵੀ ਮਿਲੀ ਆ। ਨਾਨੀ ਮੇਰੀ ਪਰੇਸ਼ਾਨ ਰਹਿੰਦੇ, ਨਾਨੀ ਕਹਿੰਦੇ ਮੇਰੀ ਪਹਿਲਾਂ ਜਵਾਨੀ ਵਿੱਚ ਬੇਟੀ ਫੋਤ ਹੋ ਗਈ, ਆਪਣੇ ਬੱਚੇ ਛੋਟੇ ਛੋਟੇ ਯਤੀਮ ਹੋ ਗਏ,
ਹੁਣ ਮੇਰੀ ਵਜ੍ਹਾ ਤੋਂ ਰੋਂਦੇ ਵੀ ਨਾਨੀ ਕਹਿੰਦੇ ਬੱਚੇ ਛੋਟੇ ਆ ਅਤੇ ਮੇਰੇ ਬੱਚੇ ਯਤੀਮ ਹੋ ਗਏ ਮੇਰੇ ਤੋਂ ਰੋਂਦੇ। ਉੱਧਰ ਅੱਬੂ ਵੀ ਨਹੀਂ ਮੇਰੇ ਹੈ, ਅੰਮੀ ਵੀ ਨਹੀਂ ਹੈ, ਬੱਚੇ ਛੋਟੇ ਛੋਟੇ ਮੇਰੇ ਬੱਚਿਆਂ ਦਾ ਨਹੀਂ ਅੱਬੂ ਹੈ। ਅਤੇ ਨਾਨੀ ਮੇਰੇ ਤੋਂ ਬਹੁਤ ਜ਼ਿਆਦਾ ਪਰੇ। ਨਾਨੀ ਅੱਲਾਹ ਦੇ ਫੈਸਲੇ ਅੱਲਾਹ ਦੀ ਰਜ਼ਾ 'ਚ ਖੁਸ਼ ਰਹਿਣਾ ਚਾਹੀਦਾ ਜੀ। ਜੇ ਉਹ ਸੋਹਣਾ ਇੰਨਾ ਇੰਨਾ ਸਾਡੇ ਇਸੇ ਦੁੱਖਾਂ 'ਚ ਰਾਜ਼ੀ ਹੈ ਅਤੇ ਅਸੀਂ ਵੀ ਰਾਜ਼ੀ। ਹਾਂਜੀ, ਅਤੇ ਅਸੀਂ ਖੁਸ਼ ਕਿਸਮਤ ਅੱਲਾ ਨੇ ਸਾਨੂੰ ਨਾਨੀ ਦਾ ਸਾਇਆ ਸਾਡੇ ਸਿਰ 'ਤੇ ਸਲਾਮਤ ਰੱਖਿਆ। ਅੱਲਾ ਮੀਆਂ ਤੰਦਰੁਸਤੀ ਦੇਵੇ, ਸਿਹਤ ਦੇਵੇ। ਨਾਨੀ ਵੀ ਸਾਰੀ ਜ਼ਿੰਦਗੀ ਹੋ ਗਈ ਰੋਂਦਿਆਂ ਨੂੰ, ਸਾਡੀ ਵਾਲਦਾ ਵਾਸ ਸਾਰੀ ਜ਼ਿੰਦਗੀ ਹੋ ਗਈ ਰੋਂਦਿਆਂ ਨੂੰ, ਕਿਉਂਕਿ ਮੇਰੀ ਅੰਮੀ ਵੀ ਜਵਾਨੀ ਵਿੱਚ ਬਹੁਤ ਹੋ ਗਏ ਸੀ। ਅਸੀਂ ਛੋਟੇ ਛੋਟੇ ਸੀ, ਜਿਵੇਂ ਮੇਰੇ ਬੱਚੇ ਛੋਟੇ ਸੀ ਇੱਦਾਂ ਹੀ ਅਸੀਂ ਛੋਟੇ ਜਦੋਂ ਸਾਡੀ ਅੰਮੀ ਬਹੁਤ ਹੋ ਗਏ ਸੀ। ਮਾਮੀ ਹੁਣਾਂ ਦੇ ਕੇ ਕਮਰਾ ਮਾਸ਼ਾਅੱਲਾ, ਇੱਥੇ ਬੈੱਡ ਵਗੈਰਾ ਪਿਆ, ਉੱਤੇ ਸਟੋਰ ਆ। ਮਾਮੀ ਹੁਣਾਂ ਨੇ ਉੱਪਰ ਚੜ੍ਹਾਈਆਂ ਪੇਟੀਆਂ ਵਗੈਰਾ, ਕਿਉਂਕਿ ਫਿਰ ਜਗ੍ਹਾ ਦੇ ਹਿਸਾਬ ਨਾਲ, ਅਤੇ ਇੱਥੇ ਗੈਲਰੀ ਬਣਾ ਕੇ ਉੱਪਰ ਪੇਟੀਆਂ ਵਗੈਰਾ ਰੱਖੀਆਂ ਮਾਮੀ ਹੁਣਾਂ ਨੇ। ਇਹ ਬੈੱਡ ਆ, ਅਤੇ ਇੱਕ ਇੱਧਰ ਫਰੀਜ਼ਰ ਪਈ ਮਾਮੀ ਹੁਣਾਂ ਦੀ ਮਾਸ਼ਾਅੱਲਾ, ਅਤੇ ਇੱਧਰ ਸੇਫ ਆ, ਸ਼ੋ ਕੇਸ਼ ਆ, ਇਹ ਸ਼ੋ ਕੇਸ਼ ਆ। ਇੱਧਰ ਮੈਂ ਆਪਣਾ ਸਮਾਨ ਰੱਖਿਆ ਨੀਚੇ ਲੈ ਕੇ, ਹੁਣੇ ਆਏ। ਦਰਵਾਜ਼ੇ ਵੀ ਮਾਮੀ ਹੁਣਾਂ ਦੇ ਬਹੁਤ ਪਿਆਰੇ ਲੱਗੇ ਮਾਸ਼ਾਅੱਲਾ, ਬਹੁਤ ਪਿਆਰਾ ਘਰ ਆ। ਮਾਮੂ ਤਾਂ ਗੱਡੀ 'ਤੇ ਗਏ ਆ, ਇੱਕ ਮਿੰਟ। ਮਾਸ਼ਾਅੱਲਾ ਮਾਮੀ ਹੁਣਾਂ ਨੇ ਚਾਰਪਾਈਆਂ ਇੱਥੇ ਦੀਵਾਰ ਨਾਲ ਲਾਈਆਂ ਛਾਂ 'ਤੇ, ਅਤੇ ਮਾਸ਼ਾਅੱਲਾ ਨਿੰਮ ਬਹੁਤ ਪਿਆਰੀ, ਇੰਨਾ ਸੋਹਣਾ ਇੱਦਾਂ ਸਾਇਆ ਵਾ ਸਾਰੇ ਸੇਨ ਜਿੱਥੇ ਆਉਂਦਾ ਉੱਪਰ, ਅਤੇ ਇੱਥੇ ਮਾਮੀ ਹੁਣੇ ਨਿੰਮ ਦੇ ਸਾਏ ਥੱਲੇ ਖਾਣਾ ਬਣਾਉਂਦੇ ਦੁਪਹਿਰ ਦਾ। ਬਹੁਤ ਪਿਆਰੀ, ਇਹਨੇ ਬਹੁਤ ਪਿਆਰਾ ਸਾਇਆ ਕੀਤਾ, ਬਹੁਤ ਵੱਡੀ ਸਾਰੀ ਆ, ਅਤੇ ਇਹਦੇ ਵਿੱਚ ਮਾਸ਼ਾਅੱਲਾ ਇੱਧਰੋਂ ਚਾਰਪਾਈਆਂ ਵੀ ਡਾਈਆਂ ਮਾਮੀ ਹੁਣਾਂ ਨੇ ਸਾਰੀਆਂ। ਮੈਂ ਬਾਹਰ ਮਾਮੂ ਦਾ ਘਰ ਦਾ ਦਰਵਾਜ਼ਾ ਇੱਕ ਇੱਧਰ ਫਸਲਾਂ ਵਾਲੇ ਪਾਸੇ, ਜਿੰਨੀ ਕਿ ਮਾਮੂ ਹੁਣਾਂ ਨੇ ਜਿੱਥੇ ਮਾਲ ਵਗੈਰਾ ਬੰਨਿਆ, ਮਗਾਏ ਵਗੈਰਾ ਬੰਨੀ ਹੈ, ਅਤੇ ਉਹਦਾ ਦਰਵਾਜ਼ਾ ਇੱਧਰ ਫਸਲਾਂ ਨੂੰ ਆ, ਅਤੇ ਇੱਕ ਇੱਦਾਂ ਗੇਟ ਆ, ਉਹ ਜਿਹੜਾ ਮੇਨ ਗੇਟ ਆ ਉੱਧਰਲੀ ਸਾਈਡ 'ਤੇ, ਜਿੰਨੀ ਕਿ ਬਾਜ਼ਾਰ ਦੇ ਨਾਲ, ਅਤੇ ਮਾਸ਼ਾਅੱਲਾ ਇਹ ਸਬਜ਼ੀ ਆ ਮਾਮੂ ਨੇ ਨਹੀਂ ਲਗਾਈ ਜਿੰਨੀ ਕਿ ਕਿਸੇ ਨੇ ਲਗਾਈ ਹੋਈ ਆ। ਦੇਖੋ ਕਿੰਨੀ ਮਿਹਨਤ ਕੀਤੀ, ਵਾਸ ਲਗਾ ਕੇ ਨਾ ਵਾਸ ਦੇ ਨਾਲ ਬੰਨੀਆਂ ਹੋਈਆਂ, ਜਿੰਨੀ ਕਿ ਲੈਣਾ ਬਣਾ ਬਣਾ ਕੇ ਪਤਾ ਨਹੀਂ ਜਾਲ ਲਾਏ ਆ, ਕਿਹੜੀ ਸੈਲ ਲਾਈ ਉਹਦੇ ਉੱਪਰ, ਵੇਲਾਂ ਚੜ੍ਹਾਈਆਂ, ਅਤੇ ਸਬਜ਼ੀ ਵੇਚਦੇ ਆ, ਸੇਲ ਕਰਦੇ ਆ, ਅਤੇ ਆਹ ਲੱਗੇ ਬੈਂਗਣ, ਬੈਂਗਣ ਬਹੁਤ ਪਿਆਰੇ ਤਾਜ਼ੇ ਫਰੈਸ਼ ਲੱਗੇ ਹੋਏ ਮਾਸ਼ਾਅੱਲਾ, ਅਤੇ ਕਰੇਲੇ ਵੀ ਲਾਏ ਹੋਏ, ਜਿੰਨੀ ਕਿ ਸਾਰੀ ਸਬਜ਼ੀ ਲੱਗੀ ਹੈ, ਅਤੇ ਮੈਨੂੰ ਤਾਂ ਬਹੁਤ ਪਿਆਰਾ ਲੱਗਾ। ਮੈਂ ਆਪਣੇ ਭੈਣ ਭਾਈਆਂ ਨਾਲ ਵੀ ਸ਼ੇਅਰ ਕਰਦੀ ਹਾਂ, ਇੱਥੇ ਮੈਂ ਬਚਪਨ ਗੁਜ਼ਾਰਿਆ ਆਪਣਾ, ਮੇਰਾ ਅਤੇ ਆਪਦ ਭਾਈ ਦਾ ਬਚਪਨ ਇੱਥੇ ਗੁਜ਼ਰਿਆ ਵਾ, ਅਤੇ ਹੁਣ ਮੈਂ ਆਈ ਹਾਂ, ਅਤੇ ਮੈਨੂੰ ਨਾ ਕੋਈ ਚੀਜ਼ ਜੇ ਯਾਦ ਆਉਂਦੀ ਹੀ ਆ, ਕੋਈ ਨਹੀਂ ਆਉਂਦੀ, ਕਿਉਂਕਿ ਮੈਂ ਬਚਪਨ ਮੇਰਾ ਇੱਥੇ ਗੁਜ਼ਰਿਆ ਇਸ ਮਾਮੂ ਦੇ ਕੋਲ, ਅਤੇ ਮਾਮੂ ਮੈਨੂੰ ਕਾਫੀ ਅਰਸੇ 'ਤੇ ਬੁਲਾਉਂਦੇ ਸੀ, ਅਤੇ ਮੇਰੇ ਕੋਲ ਨਹੀਂ ਸੀ ਆਉਂਦਾ ਐਤਕੀ, ਫਿਰ ਮਾਮੂ ਨੇ ਕਹਿੰਦੀ ਐਤਕੀ ਤੂੰ ਬੇਟਾ ਤੂੰ ਜਿਵੇਂ ਮਰਜ਼ੀ ਕਹੀ ਜਾ ਐਤਕੀ, ਤੈਨੂੰ ਮੇਰੇ ਕੋਲ ਆਉਣਾ ਹੀ ਪੈਣਾ, ਅਤੇ ਫਿਰ ਆ ਗਈ ਹਾਂ। ਚਲੋ ਬੱਚੇ ਵੀ ਖੁਸ਼ ਹੁੰਦੇ ਆ, ਇੰਜੋਏ ਕਰਨ ਦੇ ਆਪਣੀਆਂ ਭੈਣਾਂ ਨਾਲ, ਕਜ਼ਨਾਂ ਨਾਲ। ਮੈਨੂੰ ਵੀ ਬਹੁਤ ਖੁਸ਼ੀ ਹੋਈ ਮਾਮੂ ਦੇ ਘਰ ਆ ਕੇ, ਅਤੇ ਨਾਨੀ ਅੰਮੀ ਵੀ ਇੱਥੇ ਹੀ ਸੀ, ਨਾਨੀ ਅੰਮੀ ਨੂੰ ਵੀ ਮਿਲ ਲਿਆ। ਪਤਾ ਨਹੀਂ ਜ਼ਿੰਦਗੀ ਕਿੰਨੀ ਕੀ ਆ, ਸਾਡੀ ਨਹੀਂ ਜਾਂ ਨਾਨੀ ਅੰਮੀ ਦੀ ਨਹੀਂ, ਦੁਨੀਆ ਫਾਨੀ, ਅੱਲਾਹ ਤਾਲਾ ਦੇ ਆਚਾ ਮੌਤ, ਜ਼ਿੰਦਗੀ ਮੌਤ। ਅਤੇ ਬਾਕੀ ਸਬਜ਼ੀ ਬਹੁਤ ਪਿਆਰੀ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕੀਤੀ ਹੈ। ਮੇਰੇ ਭੈਣ ਭਾਈ ਕਮੈਂਟ 'ਚ ਲਾਜ਼ਮੀ ਦੱਸਣ, ਤੁਹਾਨੂੰ ਇਹ ਮੀਆਂ ਚੰਨੂ ਦਾ ਮਾਹੌਲ, ਮੇਰੇ ਨਾਨਕੇ ਮੇਰੇ ਮਾਮੂ ਦਾ ਪਿੰਡ ਆ, ਅਤੇ ਮੇਰਾ ਬਚਪਨ ਵੀ ਜ਼ਿਆਦਾ ਇੱਥੇ ਗੁਜ਼ਰਿਆ, ਕਿੱਦਾਂ ਦਾ ਪਸੰਦ ਆਇਆ। ਅਤੇ ਬਾਕੀ ਮੈਂ ਜਿੰਨੇ ਦਿਨ ਰਹੂੰਗੀ ਆਪਣੇ ਭੈਣ ਭਾਈਆਂ ਨਾਲ, ਪੂਰੇ ਮੀਆਂ ਚੰਨੂ ਦੇ ਇਹਦਾ ਪਿੰਡ ਦਾ ਮਾਹੌਲ ਹੈ ਨਾ, ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਦੀ ਰਹੂੰਗੀ ਜਿੰਨੇ ਦਿਨ ਵੀ ਰਹੂੰਗੀ। ਹੁਣ ਬਹੁਤ ਹਨੇਰਾ ਹੋ ਗਿਆ, ਜਿੰਨੀ ਕਿ ਪਰਿੰਦੇ ਵੀ ਆਪਣੇ ਘਰਾਂ ਨੂੰ ਜਾ ਰਹੇ। ਬਾਕੀ ਵੀਡੀਓ ਦਾ ਜਿਹੜਾ ਵੀ ਸੀਨ ਹੋਇਆ ਆਪਣੇ ਪਿਆਰੇ ਪਿਆਰੇ ਭੈਣ ਭਾਈਆਂ ਨਾਲ ਸ਼ੇਅਰ ਕਰਦੇ ਰਹਾਂ। ਮੈਂ ਨਾਨੀ ਕੋਲੇ ਬੈਠੀ ਹਾਂ, ਮੈਂ ਤਾਂ ਜਿਉਂ ਆਈ ਆਪਣੀ ਨਾਨੀ ਕੋਲੇ ਬੈਠੀ ਹਾਂ, ਨਾਨੀ ਦੇ ਕੋਲ ਬੈਠੀ ਹਾਂ, ਗੱਲ ਚੱਕ ਨਾਨੀ ਹੋ ਗਈ।
ਤੇ ਟਿਊਰੀ ਪਰ ਮਗਰਾ ਫੋਨ ਆ ਗਈ ਤੇ ਇਹਨੇ ਕੋਲ ਹੋ ਗਿਆ ਤੇ ਨਾਨੀ ਨਾਲ ਬੈਠ ਕੇ ਆਪ ਸਾਥ ਨਾਲ ਨੂੰ ਆਰਾਮ ਕਰਦੇ ਹਾਂ ਤੇ ਬਸ ਕੀ ਲਾ ਕੇ ਆਉਂਗਾ ਕੀ ਲਾ ਤੇ ਕੀ ਹੋ ਬਾਕੀ ਮਾਮੀ ਨਾਨੀ ਨਾਲ ਗੱਪ ਛੱਪ ਲਾਉਂਦੇ ਮਾਮੀ ਨਾਲ ਵੀ ਲਾਉਂਦੇ ਹਾਂ ਬਾਕੀ ਪੂਰੇ ਘਰ ਦਾ ਵਿਜ਼ਟ ਹੁਣ ਮੈਂ ਥੱਕੀ ਹਾਂ ਕਰਨ ਵੀ ਬਹੁਤ ਆ ਬਾਕੀ ਪੂਰੇ ਮਾਮੀ ਦੇ ਘਰ ਦਾ ਵਿਜ਼ਟ ਆਪਣੇ ਸੁਬਾਹ ਨੂੰ ਆਪਣੇ ਘਰ ਭਾਈ ਨਾਲ ਕਰਾਂ ਸ਼ੇਅਰ ਕਰਾਂਗੀ ਕਰਾਂਗੀ ਅਤੇ ਵੀਡੀਓ ਸੈਂਡ ਇੱਥੇ ਕਰਦੀ ਹੈ ਸਾਡੀ ਅੱਜ ਦੀ ਵੀਡੀਓ ਅਗਰ ਮੇਰੇ ਘਰ ਭਾਈਆਂ ਨੂੰ ਪਸੰਦ ਆਵੇ ਲਾਇਕ ਔਰ ਸ਼ੇਅਰ ਕਰਿਓ ਦੁਆਵਾਂ 'ਚ ਆਪਣੀ ਭੈਣ ਨੂੰ ਯਾਦ ਰੱਖਿਓ ਮੇਰੀਆਂ ਦੁਆ ਮੇਰੇ ਭੈਣ ਭਾਈਆਂ ਦੇ ਨਾਲ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਅੱਲਾ ਹਾਫਿਜ਼।